ਸਾਡੇ ਮੁਸਲਮਾਨਾਂ ਚ ਬੰਦੇ ਦੀ ਡੈਥ ਹੋ ਗਈ, ਬੰਦਾ ਫੌਤ ਹੋ ਗਿਆ ਤੇ ਅਸੀਂ ਉਸ ਦਾ ਜਨਾਜ਼ਾ ਪੜ੍ਹਦੇ ਹਾਂ ਤੇ ਫਿਰ ਕਬਰ ਬਣਾ ਕੇ ਕਬਰਸਤਾਨ ਦੇ ਵਿੱਚ ਉਹਨੂੰ ਦਫ਼ਨ ਕਰ ਦਿੰਦੇ ਹਾਂ, ਮਿੱਟੀ ਦੇ ਵਿੱਚ ਦਫ਼ਨ ਕਰ ਦਿੰਦੇ ਹਾਂ ਕਬਰ ਬਣਾ ਕੇ। ਅੱਛਾ, ਸਿੱਖਇਜ਼ਮ ਚ ਜਦੋਂ ਡੈਥ ਹੋ ਜਾਂਦੀ ਹੈ ਤੇ ਇਹਦਾ ਕੀ ਤਰੀਕਾਕਾਰ ਹੈ, ਮਤਲਬ ਤੁਸੀਂ ਕਿਸ ਤਰ੍ਹਾਂ ਆਖਰੀ ਰਸੂਮਾਤ ਅਦਾ ਕਰਦੇ ਹੋ? ਦੇਖੋ, ਤਕਰੀਬਨ ਜਿਹੜੇ ਤਾਂ ਐਕਸੀਡੈਂਟ ਕੇਸ ਹੁੰਦੇ ਨੇ ਉਹ ਤਾਂ ਸਾਰੇ ਹੈ ਜੀ, ਪੰਚਨਾਮਾ ਪੋਸਟਮਾਰਟਮ ਵਗੈਰਾ ਹੁੰਦਾ ਗਾ। ਅੱਛਾ ਜੀ, ਉਸ ਤੋਂ ਬਾਅਦ ਗੁਸਲ ਕਰਾ ਦਿਓ ਜੀ, ਘਰ ਲੈ ਆਉਂਦੇ ਡੈਡ ਬੋਡੀ, ਜਾਂ ਘਰੇ ਪਿਆ ਜਾਂ ਨੈਚੁਰਲੀ ਡੈਥ ਹੋਈ ਹੈ, ਉਹਨੂੰ ਗੁਸਲ ਕਰਾ ਕੇ ਜੀ ਅਰਥੀ ਤਿਆਰ ਹੋ ਕੇ ਨਵੇਂ ਕੱਪੜੇ ਪਹਿਨਾ ਕੇ, ਤੂੰ ਜੱਜ ਸਾਰੇ ਨਵੇਂ ਕੱਪੜੇ ਹੁੰਦੇ ਹੈ ਤੇ ਮਤਲਬ ਉਹਦਾ ਰਵਾਨਗੀ ਅਰਦਾਸ ਕਰਕੇ ਰਵਾਨਗੀ ਲਈ ਜਾਂਦੀ ਹੈ ਆਗਿਆ ਲੈ ਕੇ ਅਕਾਲ ਪੁਰਖ ਪਰਮੇਸ਼ਰ ਤੋਂ। ਔਰ ਰਸਤੇ ਦੇ ਵਿੱਚ ਜਾ ਕੇ ਮਤਲਬ ਉਹ ਕੰਨ ਹੀ ਕਹਿ ਦਿੰਦੇ ਆ, ਅਗਲੇ ਪਿੱਛੇ ਹੋ ਜਾਂਦੇ ਆ, ਪਿਛਲੇ ਅੱਗੇ ਜੀ। ਤੇ ਉਸ ਤੋਂ ਬਾਅਦ ਇੱਕ ਵੈਸੇ ਘੜਾ ਵੀ ਭੰਨਦੇ ਨੇਗੇ, ਪਰ ਹੈ ਤਾਂ ਉਹ ਮਨਮਤ ਨਹੀਂ ਭੰਨਣਾ ਚਾਹੀਦਾ। ਤੇ ਉਸ ਤੋਂ ਬਾਅਦ ਜਦੋਂ ਸ਼ਮਸ਼ਾਨ ਘਾਟ ਪਹੁੰਚ ਗਏ ਤੇ ਚਿਤਾ ਤੇ ਲਗਾ ਉਹਨਾਂ ਨੂੰ ਪਾ ਕੇ ਡੈਡ ਬੋਡੀ ਨੂੰ ਉੱਪਰ ਲੱਕੜਾਂ ਵਗੈਰਾ ਲਾ ਕੇ ਫਿਰ ਖੁਦਾ ਕੇ ਅਰਦਾਸ ਬੇਨਤੀ ਕਰੀ ਜਾਂਦੀ ਹੈ ਕਿ ਜੋ ਮਤਲਬ ਜੀਵ ਨੂੰ ਤੁਸੀਂ ਸਵਾਸ ਦਿੱਤੇ ਨੇ ਉਹ ਪੂਰੇ ਮਤਲਬ ਕਰਕੇ ਇਹਨਾਂ ਨੂੰ ਹੁਣ ਮਤਲਬ ਡੈਥ ਹੋ ਗਈ ਹੈ ਔਰ ਤੁਸੀਂ ਇਹਨਾਂ ਨੂੰ ਦਾਹ ਸੰਸਕਾਰ ਦੀ ਆਗਿਆ ਦਿਓ। ਉਸ ਤੋਂ ਬਾਅਦ ਜੀ ਵੱਡਾ ਬੇਟਾ ਹੁੰਦਾ ਗਾ, ਵੱਡਾ ਬੇਟਾ ਨੀ ਪੋਤਾ ਗਾ, ਤੇ ਪੋਤਾ ਨਹੀਂ ਗਾ ਤਾਂ ਉਸ ਤੋਂ ਬਾਅਦ ਵਿੱਚ ਹੁਣ ਬੀਬੀਆਂ ਭੈਣਾਂ ਵੀ ਮਤਲਬ ਲਾਂਬੂ ਲਾ ਦਿੰਦੀਆਂ ਨੇ, ਜਾਂ ਭਰਾ ਹੁੰਦਾ ਕੋਈ ਉਹ ਲਾਂਬੂ ਲਾ ਕੇ ਜਦੋਂ ਪਤਾ ਕਿ ਅੱਗ ਲੱਗੀ ਨੂੰ 5-10 ਮਿੰਟ ਹੋ ਗਏ। ਔਰ ਉਸ ਤੋਂ ਬਾਅਦ ਜੀ ਫਿਰ ਕੀਰਤਨ ਸੋਹਲੇ ਦਾ ਪਾਠ ਹੁੰਦਾ ਜੀ, ਸੋਹਲਾ ਸਾਹਿਬ ਕਹਿੰਦੇ ਆ ਉਹਨੂੰ, ਸਾਰਾ ਉਹਨੂੰ 2-3 ਮਿੰਟ ਲੱਗਦੇ ਆ ਜੀ।